ਰਾਜਧਾਨੀ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੌਮ ਦੇ ਵਰਸੋ ਆਓ ਉਸ ਮਹਾਨ ਮਰਦ ਗੰਮੜੇ ਦੀ ਕੌਮ ਨੂੰ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਧਰਤੀ ਤੇ ਬੈਠੇ ਆ ਜਿੱਥੇ ਕਲਗੀਧਰ ਪਿਤਾ ਨੂੰ ਆਪਣੇ ਸੀਸ ਭੇਟ ਕਰਕੇ ਅੰਮ੍ਰਿਤ ਛਕ ਕੇ ਤੇ ਇੱਕ ਨਵਾਂ ਜੀਵਨ ਸਿੱਖ ਕੌਮ ਨੂੰ ਦਸਮ ਪਾਤਸ਼ਾਹ ਨੇ ਦਿੱਤਾ ਸੀ। ਉਹ ਖਾਲਸਾ ਕੌਮ ਸਾਜੀ ਸੀ। ਖਾਲਸਾ ਕੌਮ ਦਾ ਮਤਲਬ ਹੈ ਜਿਸ ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ, ਜਿਹੜੀ ਕਿਸੇ ਦੇ ਅਧੀਨ ਨਹੀਂ ਰਹਿ ਸਕਦੀ। ਔਰ ਉਸ ਕੌਮ ਦਾ ਦਸਮ ਪਾਤਸ਼ਾਹ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਜੰਮੂ ਕਸ਼ਮੀਰ ਦੀ ਧਰਤੀ ਦੇ ਜੰਮਪਲ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕਾਇਮ ਕੀਤਾ। ਫਿਰ ਇਹ ਕੌਣ ਕਹਿ ਸਕਦਾ ਹੈ ਖਾਲਸਾ ਰਾਜ ਦੁਨੀਆਂ ਦੇ ਉੱਤੇ ਕਾਇਮ ਨਹੀਂ ਹੋ ਸਕਦਾ। ਖਾਲਸਾ ਜੀ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਨੇ ਇਸ ਕੌਮ ਨੂੰ ਇੱਕ ਨਵਾਂ ਰੂਹ ਫੂਕ ਕੇ ਇੱਕ ਨਵਾਂ ਸੁਪਨਾ ਦਿੱਤਾ ਕਿ ਜਿਸ ਦਿਨ ਦਰਬਾਰ ਸਾਹਿਬ ਦੇ ਅੰਦਰ ਫੌਜ ਦਾਖਲ ਹੋਏਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਉਹ ਖਾਲਿਸਤਾਨ ਦੀ ਲੜਾਈ 1984 ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਨਿਰੰਤਰ ਜਾਰੀ ਰੱਖ ਰਹੇ ਨੇ। ਪੰਜਾਬ ਤੋਂ ਲੈ ਕੇ ਦਿੱਲੀ ਤੱਕ, ਅਮਰੀਕਾ ਤੱਕ, ਬਰਤਾਨੀਆ ਤੱਕ ਔਰ ਜੰਮੂ ਕਸ਼ਮੀਰ ਦੇ ਦੂਰ ਦਰਾਜ ਬਾਰਡਰ ਦੇ ਇਲਾਕਿਆਂ ਤੱਕ ਹਰ ਸਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਆਜ਼ਾਦੀ ਦਾ ਪੈਗਾਮ ਲੈ ਕੇ ਜਾਂਦੇ ਨੇ। ਔਰ ਮੈਂ ਆਪ ਜੀ ਨੂੰ ਇੱਕ ਗੱਲ ਦੱਸ ਦਿਆਂ ਕਿ ਕਸ਼ਮੀਰ ਦੇ ਵਿੱਚ ਮੁਸਲਮਾਨ ਕੌਮ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ। ਉੱਥੇ ਵੀ ਲੋਕ ਹਜ਼ਾਰਾਂ ਕੁਰਬਾਨੀਆਂ ਕਰ ਰਹੇ ਨੇ, ਲੇਕਿਨ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਸ਼ਮੀਰ ਜਾਂਦੇ ਨੇ ਉਹ ਲੋਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣੇ ਸਿਰ ਤੇ ਉਠਾ ਲੈਂਦੇ ਨੇ। ਕਿਉਂ? ਕਿਉਂ ਜਾਣਦੇ ਨੇ ਕਿ ਸਾਡੀ ਵੀ ਆਜ਼ਾਦੀ ਦੀ ਲੜਾਈ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੀ ਆਜ਼ਾਦੀ ਦੀ ਲੜਾਈ ਹੈ। ਦਿੱਲੀ ਦੀ ਸਰਕਾਰ ਨੂੰ ਇੱਕ ਭੁਲੇਖਾ ਪੈ ਗਿਆ ਕਿ ਸ਼ਾਇਦ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਭੁੱਲ ਗਿਆ ਹੋਵੇਗਾ। ਪਿਛਲੇ ਸਾਲ 4 ਜੂਨ ਨੂੰ ਜੰਮੂ ਵਿੱਚ ਪੁਲਿਸ ਨੇ ਸੰਤ ਜਰਨੈਲ ਸਿੰਘ ਖਾਲਸਾ ਦਾ ਸਿਰਫ ਇੱਕ ਪੋਸਟਰ ਉਤਾਰਿਆ ਸੀ, ਇੱਕ ਪੋਸਟਰ। ਔਰ ਤੁਸੀਂ ਦੇਖਿਆ 2 ਦਿਨ ਉਹ ਨੌਜਵਾਨ ਜਿਨ੍ਹਾਂ ਦਾ ਉਦੋਂ ਜਨਮ ਵੀ ਨਹੀਂ ਸੀ ਹੋਇਆ ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਸਨ, ਉਹਨਾਂ ਨੇ 2 ਦਿਨ ਪੁਲਿਸ ਦੇ ਨਾਲ ਮੁਕਾਬਲਾ ਕੀਤਾ। ਔਰ ਅਸੀਂ ਉੱਥੋਂ ਦੇ ਹਿੰਦੂਆਂ ਤੋਂ, ਸਾਰੀਆਂ ਕੌਮਾਂ ਦੇ ਲੋਕਾਂ ਦੇ ਮੂੰਹ ਤੋਂ ਸੁਣਿਆ ਕਿ ਸਾਨੂੰ ਇਹ ਲੱਗਦਾ ਕਿਤੇ ਸੰਤ ਜਰਨੈਲ ਸਿੰਘ ਮੁੜ ਕੇ ਜਿੰਦਾ ਹੋ ਗਿਆ, ਮੁੜ ਕੇ ਪ੍ਰਗਟ ਹੋ ਗਿਆ। ਔਰ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਅੰਦਰ ਅੱਜ ਵੀ ਸੰਤ ਜਰਨੈਲ ਸਿੰਘ ਜਿੰਦਾ ਹੈ, ਇਹ ਕੌਮ ਆਪਣੀ ਆਜ਼ਾਦੀ ਲੈ ਕੇ ਰਹੇਗੀ। ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਜੰਮੂ ਕਸ਼ਮੀਰ ਤੋਂ ਕਿ ਅਸੀਂ ਪੂਰੀ ਕੌਮ ਇੱਕ ਹੋ ਕੇ, ਜਿੱਥੇ ਕਸ਼ਮੀਰ ਦੇ ਲੋਕੀ ਸਾਡੀ ਆਜ਼ਾਦੀ ਦਾ ਸਾਥ ਦਿੰਦੇ ਨੇ ਅਸੀਂ ਉਹਨਾਂ ਦੀ ਵੀ ਪੂਰੀ ਹਮਾਇਤ ਕਰਦੇ ਹਾਂ। ਉਹ ਵੀ ਜ਼ੁਲਮ ਦਾ ਸ਼ਿਕਾਰ ਨੇ। ਔਰ ਜਿੱਥੋਂ ਤੱਕ ਹੋਏਗਾ ਵਾਹਿਗੁਰੂ ਕਰੇਗਾ ਅਕਾਲ ਪੁਰਖ ਕਿ ਇਹ ਦੋਵੇਂ ਕੌਮਾਂ ਆਪਣੀ ਆਜ਼ਾਦੀ ਹਾਸਲ ਕਰਨਗੀਆਂ। ਉਹ ਅੱਜ ਮੈਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਝੁਲਦਾ ਇੱਥੇ ਅੱਜ ਦੇਖਿਆ, ਮੈਂ ਪਹਿਲਾਂ ਨਹੀਂ ਸੀ ਵੇਖਿਆ। ਔਰ ਮੈਂ ਅਰਦਾਸ ਕੀਤੀ ਅਕਾਲ ਪੁਰਖ ਕਰੇਗਾ ਇਹ ਖਾਲਸਾ ਰਾਜ ਦਾ ਨਿਸ਼ਾਨ ਇੱਕ ਵਾਰੀ ਫਿਰ ਝੁਲੇਗਾ ਔਰ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ ਸੁਪਨਾ ਜ਼ਰੂਰ ਪੂਰਾ ਹੋਏਗਾ। ਖਾਲਸਾ ਜੀ ਆਪ ਜੀ ਇਸੇ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਹਿਯੋਗ ਕਰਦੇ ਰਹੋ। ਅਸੀਂ ਨਵੇਂ ਕੌਮ ਦੇ ਚੋਏ ਜਥੇਦਾਰਾਂ ਨੂੰ, ਭਾਈ ਜਗਤਾਰ ਸਿੰਘ ਹਵਾਰਾ ਨੂੰ, ਭਾਈ ਧਿਆਨ ਸਿੰਘ ਜੀ ਮੰਡ ਨੂੰ, ਭਾਈ ਅਮਰੀਕ ਸਿੰਘ ਜੀ ਅਜਦਾਲਾ ਨੂੰ ਅਤੇ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਨੂੰ ਉਹਨਾਂ ਦੇ ਰਿਹਾਅ ਹੋ ਕੇ ਦੁਬਾਰਾ ਕੌਮ ਨੂੰ ਸੇਧ ਦੇਣ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਮੁਬਾਰਕ ਦੇਂਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਕੌਮ ਨੂੰ ਅਗਵਾਈ ਦੇਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ